ਇਹਨੇ ਇੱਕ ਸਰਟੀਫਿਕੇਟ ਵਿੱਚ ਲਾਇਆ ਸੀ ਹਾਈ ਰਿਸਕ ਕੰਸਰਨਡ ਸਰਜਰੀ ਫਾਰਮ, ਉਹਦੇ 'ਤੇ ਇਹਨੇ ਮੇਰੇ ਫਰਜ਼ੀ ਸਾਈਨ ਕੀਤੇ ਸੀ, ਜਦੋਂ ਕਿ ਮੈਨੂੰ ਇਹ ਕਿਹਾ ਸੀ ਇਹਦੇ 'ਚ ਰਿਸਕ ਕੋਈ ਨਹੀਂ ਹੈਗਾ। ਇਹ ਮੈਡੀਕਲ ਬੋਰਡ ਦਾ ਰਿਕਾਰਡ ਹੈ ਜੀ, ਜਿਹਦੇ 'ਚ ਇਹ ਹੈਗਾ ਜੀ ਕਾਗਜ਼, ਜਿਹਦੇ 'ਚ ਇਹਨੇ ਮੇਰੇ ਫਰਜ਼ੀ ਸਾਈਨ ਮੇਰੇ ਇਹਨੇ ਹਾਈ ਰਿਸਕ ਫਰਜ਼ੀ ਸਾਈਨ ਮੇਰੇ ਕੀਤੇ। ਨਾ ਉੱਥੇ ਕੋਈ ਡਾਕਟਰ ਹੈ, ਨਾ ਕੋਈ ICU ਹੈ, ਕੁਛ ਨਹੀਂ ਹੈ ਜੀ। ਉੱਥੇ ਬੰਦੇ ਮਰ ਜਾਂਦਾ, ਪਤਾ ਕਿੰਨੇ ਬੰਦੇ ਮਾਰਤੇ ਪਹਿਲਾਂ। ਪੰਜਾਬ ਮੈਡੀਕਲ ਕੌਂਸਲ ਨੇ ਕਹਿਤਾ ਕਿ ਇਹਦੇ ਖਿਲਾਫ਼ ਬਹੁਤ ਸ਼ਿਕਾਇਤਾਂ ਆਈਆਂ, ਤਿੰਨ ਬੰਦੇ ਤਾਂ ਮੇਰੇ ਸਾਹਮਣੇ ਡੈਥ ਹੋਈ ਹੈ ਜੀ, ਇੱਕ ਮੇਰੇ ਵਾਈਫ ਦੀ, ਇੱਕ ਮਧੂ ਖੰਨਾ ਦੀ, ਇੱਕ ਹੋਰ ਪੇਸ਼ੈਂਟ। ਪੁਲਿਸ ਦੇ ਵੱਲੋਂ ਇੱਕ ਅਜਿਹੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਅਣਗਹਿਲੀ ਦੇ ਨਾਲ ਇੱਕ ਔਰਤ ਦੀ ਜਾਨ ਚਲੀ ਗਈ ਸੀ। ਮਾਮਲਾ 5 ਸਾਲ ਪੁਰਾਣਾ ਹੈ। ਇਸ ਡਾਕਟਰ ਦੇ ਵੱਲੋਂ ਔਰਤ ਦਾ ਇਲਾਜ ਕੀਤਾ ਜਾ ਰਿਹਾ ਸੀ, ਦਰਮਿਆਨੇ ਇਲਾਜ ਉਸ ਔਰਤ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੈਡੀਕਲ ਬੋਰਡ ਬਿਠਾਇਆ ਗਿਆ ਜਿਸ ਨੇ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ, ਜਿਸ ਦੀ ਰਿਪੋਰਟ ਦੇ ਵਿੱਚ ਇਹ ਸਾਬਿਤ ਹੋਇਆ ਕਿ ਇਸ ਡਾਕਟਰ ਦੀ ਅਣਗਹਿਲੀ ਦੇ ਨਾਲ ਔਰਤ ਦੀ ਮੌਤ ਹੋਈ ਸੀ। ਤਾਂ 5 ਸਾਲ ਦੇ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ। ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਹਸਪੀਟਲ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਸੀ। ਇਸ ਡਾਕਟਰ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਜਿਸ ਤੋਂ ਬਾਅਦ ਔਰਤ ਦੀ ਮੌਤ ਹੋਈ ਔਰ ਪੀੜਤ ਪਰਿਵਾਰ ਦੇ ਵੱਲੋਂ ਪਹਿਲੇ ਦਿਨ ਤੋਂ ਇਨਸਾਫ ਦੀ ਮੰਗ ਕੀਤੀ ਗਈ। ਲਗਾਤਾਰ ਕੇਸ ਦੀ ਪੈਰਵਾਈ ਕੀਤੀ ਗਈ ਤਾਂ ਆਖਿਰਕਾਰ ਅੱਜ ਇਸ ਡਾਕਟਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਐਡਵੋਕੇਟ ਸੁਨੀਤਾ ਨੇਜਾ, ਜਿਨ੍ਹਾਂ ਦੀ ਏਜ ਸਿਰਫ 46 ਈਅਰ ਸੀ, 1 ਅਕਤੂਬਰ 2018 ਨੂੰ ਐਡਮਿਟ ਕੀਤਾ ਸੀ ਯੂਟਰਸ ਦੇ ਓਪਰੇਸ਼ਨ ਵਾਸਤੇ ਡਾਕਟਰ ਪ੍ਰਵੀਨ ਦੇਵਗਨ ਅਤੇ ਡਾਕਟਰ ਸੀਤਾ ਸ਼ਰਮਾ ਐਲਟੈਕ ਹਸਪਤਾਲ 'ਚ, ਅਤੇ ਉੱਥੇ ਡਾਕਟਰ ਦੀ ਨੈਗਲੀਜੈਂਸ ਨਾਲ ਨੈਕਸਟ ਡੇ ਡੈਥ ਹੋ ਗਈ। ਨੈਗਲੀਜੈਂਸ ਦੇ ਵਾਸਤੇ ਜਦੋਂ ਕੰਪਲੇਂਟ ਕੀਤੀ ਤਾਂ ਮੈਡੀਕਲ ਬੋਰਡ ਬਣਿਆ 7 ਡਾਕਟਰਾਂ ਦਾ, ਸਿਵਲ ਸਰਜਨ ਨੇ ਬੋਰਡ ਬਣਾਇਆ। ਬੋਰਡ ਨੇ ਵੀ ਇਹਦੇ ਖਿਲਾਫ਼ ਸਾਰੀ ਰਿਪੋਰਟ ਦਿੱਤੀ, ਉਹਦੇ 'ਚ ਬੜਾ ਕੁਛ ਟੈਂਪਰਿੰਗ, ਇੱਕ ਇਹਦੇ 'ਚ ਜਿਹੜਾ ਟ੍ਰੀਟਮੈਂਟ ਉੱਥੇ ਨਾ ਕੋਈ ਡਾਕਟਰ ਹੈ, ਨਾ ICU ਹੈ, ਨਾ ਉੱਥੇ ਕੋਈ ਕੁਛ ਵੀ ਅਰੇਂਜਮੈਂਟ ਨਹੀਂ ਹੈਗਾ। ਸਾਰੀ ਰਾਤ ਉੱਥੇ ਪੇਸ਼ੈਂਟ BMS ਡਾਕਟਰ ਦੇ ਭਰੋਸੇ ਹੀ ਬੈਠਾ ਰਿਹਾ, ਅਤੇ ਇਹਨਾਂ ਦੀ ਲਾਪਰਵਾਹੀ ਕਰਕੇ ਮੈਡੀਕਲ ਬੋਰਡ ਨੇ ਵੀ ਇਹਨੂੰ ਸਾਬਤ ਕਰਤਾ ਕਿ ਇਹਦੇ 'ਚ ਨੈਗਲੀਜੈਂਸ ਹੈਗੀ ਹੈ, ਡਾਕਟਰ ਦੀ ਲਾਪਰਵਾਹੀ ਕਰਕੇ ਡੈਥ ਹੋਈ ਹੈ। ਫਿਰ ਇਸ ਤੋਂ ਬਾਅਦ ਜੀ ਇੱਕ ਹੋਰ ਇਹਦੀ ਜਿਹੜੀ ਫੋਰਜਰੀ ਸਾਹਮਣੇ ਆਈ, ਇਹਨੇ ਇੱਕ ਸਰਟੀਫਿਕੇਟ ਵਿੱਚ ਲਾਇਆ ਸੀ ਹਾਈ ਰਿਸਕ ਕੰਸਰਨਡ ਸਰਜਰੀ ਫਾਰਮ, ਉਹਦੇ 'ਤੇ ਇਹਨੇ ਮੇਰੇ ਫਰਜ਼ੀ ਸਾਈਨ ਕੀਤੇ ਸੀ, ਜਦੋਂ ਕਿ ਮੈਨੂੰ ਇਹ ਕਿਹਾ ਸੀ ਇਹਦੇ 'ਚ ਰਿਸਕ ਕੋਈ ਨਹੀਂ ਹੈਗਾ। ਅਤੇ ਬਾਅਦ 'ਚ ਫਿਰ ਜਦੋਂ ਪੁਲਿਸ ਨੇ ਇਹਦੀ ਇਨਕੁਆਇਰੀ ਕੀਤੀ ਫੋਰਜਰੀ ਦੀ, ਤਾਂ FSL ਮੋਹਾਲੀ 'ਚ ਫਿਰ ਇਹਦੀ ਰਿਪੋਰਟ ਵਾਸਤੇ ਸਾਰੀ ਇਨਵੈਸਟੀਗੇਸ਼ਨ ਹੋਈ। ਉਹਦੀ ਫਿਰ 2021 'ਚ ਮਾਰਚ 'ਚ ਰਿਪੋਰਟ ਆਈ, ਉੱਥੋਂ ਸਾਬਤ ਹੋ ਗਿਆ ਕਿ ਇਹ ਸਾਈਨ ਫਰਜ਼ੀ ਕੀਤੇ ਗਏ ਹੈ। ਤਾਂ ਫਿਰ ਪੁਲਿਸ ਨੇ ਐਲਟੈਕ ਹਸਪਤਾਲ ਦੇ ਖਿਲਾਫ਼ FIR ਨੰਬਰ 77 7 ਮਾਰਚ 2021 ਨੂੰ ਅੰਡਰ ਸੈਕਸ਼ਨ 420, 465, 468, 471 ਦਰਜ ਕਰਤੀ। FIR ਕਰਨ ਤੋਂ ਬਾਅਦ ਫਿਰ ਜੀ ਉਹ ਇਨਵੈਸਟੀਗੇਸ਼ਨ ਕਰਦੇ ਰਹੇ, ਅਤੇ ਅੱਜ ਹੁਣ ਜਿਹੜੇ 5.5 ਸਾਲ ਬਾਅਦ ਕਰੀਬ ਹੁਣ ਉਸ ਪਰਚੇ 'ਚ ਮੈਮ ਦਰਪਨ IPS ਮੈਮ ਡਾਕਟਰ, ਉਹਨਾਂ ਨੇ ਇਨਕੁਆਇਰੀ ਕਰਕੇ ਅਤੇ ਸਾਨੂੰ ਅੱਜ ਜਸਟਿਸ ਦਿਲਵਾਇਆ, ਅਤੇ ਸਾਨੂੰ ਪਤਾ ਲੱਗਿਆ ਕਿ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ। ਲੇਕਿਨ ਅਜੇ ਇਹਦੇ 'ਚ ਬੜੀ ਹੋਰ ਇਨਕੁਆਇਰੀ ਕਰਨ ਦੀ ਲੋੜ ਹੈ, ਕਿਉਂਕਿ 304 ਸੈਕਸ਼ਨ ਵੀ ਐਡ ਕਰਨਾ। ਪੰਜਾਬ ਮੈਡੀਕਲ ਕੌਂਸਲ ਨੇ ਇਹਦਾ ਲਾਇਸੈਂਸ ਹੀ ਸਸਪੈਂਡ ਕਰਤਾ, ਉਹਨੇ ਕਹਿਤਾ ਕਿ ਇਹਨੂੰ ਸਰਜਰੀ ਕਰਨੀ ਹੀ ਨਹੀਂ ਆਉਂਦੀ, ਉਹਨੂੰ ਪ੍ਰੈਕਟਿਸ ਤੋਂ ਡਿਬਾਰ ਹੀ ਕਰਤਾ। ਤਾਂ ਨੈਗਲੀਜੈਂਸ ਤਾਂ ਆਲਰੇਡੀ ਪ੍ਰੂਵ ਹੋ ਚੁੱਕੀ ਹੈ, ਉਹਨਾਂ ਦੇ 'ਚ ਜਿਹੜੇ ਸੈਕਸ਼ਨ ਦਾ ਉਹ ਵੀ ਵਾਧਾ ਸਾਨੂੰ ਅਸ਼ੋਰ ਕੀਤਾ ਹੈ ਪੁਲਿਸ ਅਫਸਰਾਂ ਨੇ, ਸਾਰਿਆਂ ਨੇ, ਵੱਡਿਆਂ ਨੇ ਵੀ ਸਾਰਿਆਂ ਨੇ, ਅਤੇ ਜਿਹੜੇ SHO ਨੀਰਜ ਚੌਧਰੀ ਹੈ ਉਹਨਾਂ ਨੇ ਵੀ ਸ਼ੋਰ ਕੀਤਾ, ਅਤੇ ਜਿਹੜੇ ਮੈਡਮ ਸਪੈਸ਼ਲੀ ਪ੍ਰਗਿਆ ਜੈਨ ਮੈਮ, IPS ਦਰਪਨ ਮੈਮ, ਇਹਨਾਂ ਦੇ ਪੂਰੇ ਸਹੀ ਇਨਕੁਆਇਰੀ ਕਰਨ ਨਾਲ ਇਹਨਾਂ ਨੇ ਅੱਜ ਜਿਹੜੀ ਅਰੈਸਟ ਪਈ ਹੈ। ਅਤੇ ਸਾਨੂੰ ਅੱਗੇ ਉਮੀਦ ਹੈ ਕਿ ਜਿਹੜਾ ਵੀ ਅੱਗੇ ਰਹਿੰਦਾ 304 ਸੈਕਸ਼ਨ ਐਡ ਹੋਣਾ, 120B ਹੋਣੀ ਹੈ, ਜੋ ਜੋ ਹੋਣਾ ਉਹ ਸਾਰਾ ਸਾਨੂੰ ਜਸਟਿਸ
ਮਿਲਣ ਦੀ ਪੂਰੀ ਉਮੀਦ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਪੁਲਿਸ ਕੋਆਪਰੇਟ ਕਰੇਗੀ। ਤੁਹਾਡੀ ਵਾਈਫ ਦਾ ਨਾਮ ਕੀ ਸੀ, ਪੇਸ਼ੇ ਤੋਂ ਕੀ ਸੀ ਉਹ ਅਤੇ ਕਿਹੜੇ ਹੋਸਪਿਟਲ 'ਚ ਉਹਨਾਂ ਦਾ? ਮੇਰੀ ਵਾਈਫ ਦਾ ਨਾਂ ਸੁਨੀਤਾ ਨੇਜਾ ਸੀ, ਉਹ ਪੇਸ਼ੇ ਤੋਂ ਐਡਵੋਕੇਟ ਸੀ। ਉਹਨਾਂ ਦੀ ਉਮਰ ਸਿਰਫ 46 ਸਾਲ ਸੀ, ਆਪੇ ਆਪ ਗੱਡੀ ਚਲਾ ਕੇ ਗਏ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ। ਅਤੇ ਐਲਟੈਕ ਹਸਪਤਾਲ ਰਣਜੀਤ ਵੱਲੋਂ, ਜਿਹਦਾ ਪ੍ਰੋਪਰੇਟਰ ਅਤੇ ਸਰਜਨ ਡਾਕਟਰ ਪ੍ਰਵੀਨ ਦੇਵਗਨ ਹੈ, ਜਿਹਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮਾਰਿਆ, ਇੱਕ ਨਹੀਂ ਕਈ ਲੋਕਾਂ ਨੂੰ ਮਾਰਿਆ। ਇਹਦੇ ਖਿਲਾਫ਼ ਬੜੀ ਤਕੜੀ ਇਹਦਾ ਜੇ ਢੁੰਗਾਈ ਨਾਲ ਇਨਕੁਆਇਰੀ ਕੀਤੀ ਜਾਏਗੀ ਤਾਂ ਪਤਾ ਨਹੀਂ ਕਿੰਨੀ ਡੈਥ ਸਾਹਮਣੇ ਆ ਸਕਦੀਆਂ ਹੈ। ਕਿੰਨੇ ਕੌਣ ਕਿਸ ਨੂੰ ਪੇਸ਼ ਕੀਤਾ ਜਾ ਰਿਹਾ ਅਤੇ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ? ਇਹਦੇ 'ਚ ਅਜੇ ਜੋ ਮੈਨੂੰ ਪਤਾ ਲੱਗਿਆ ਜੀ, ਡਾਕਟਰ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਅਤੇ ਉਹਨੂੰ ਅੱਜ ਇੱਥੇ ਪੇਸ਼ ਕਰਨਾ ਹੈ CGM ਕੋਰਟ 'ਚ, ਇਹ ਮੈਨੂੰ ਪਤਾ ਲੱਗਿਆ ਜੀ।